सत श्री अकाल जी। पेपर वन सैक्शन बी का अपना अगला टॉपिक है महाकाव्य। महाकाव्य जिहड़ा शब्द है ये दो शब्दों के जोड़ तो बनिया, महा ते काव्य। जिहड़ा महा शब्द भी असीं कह देने ये भी असीं कहीए तां महान तो बनिया होया। जिवें छोटी जी गल करदे हां आपां, असीं अक्सर किसी नूं पुछदे तुहाडा नाम की है, पर असीं इहनूं नाम तो ना बना लिया। नन्ने कन्ना बिंदी, जिहड़ा अक्षर ममा जां धुनी म ओह बिंदी दा रूप लैगी, उह सिर्फ नासिकता दा रूप लैगी, छोटा करता। इसे तरीके दे नाल महान तो ही महा बन गया, छोटा बना लिया असी उहनूं। इहनूं असी धुनी परिवर्तन भी कह दिंदे, धुनी संगोल भी कह दिंदे आ। इह लिंगुइस्टिक्स दा पॉइंट भी विच इत्थे वरत सकदे हो तुसीं। साडी अक्सर इह कोशिश रहिंदी आ असीं कदे भी चीज़ों वख-वख नहीं रख के चलते। पंजाबी लिटरेचर के असी पहले पेपर में दूजे च वरतते हैं, दूजे को पहले च वरतते हैं, लिंगुइस्टिक्स को लिया के लिटरेचर के वरतते हैं, लिटरेचर च उदाहरण लैके लिंगुइस्टिक्स के वरतते हैं असी। सो उहदे नाल की है कि सानू चीज़ों याद रखना बड़ा सौखा होता, याद रखनिया नहीं पैंदियां, अपने आप याद रहिंदियां जदों इंटरलिंकिंग हो जाती है। जे मैं तुहानूं एक छोटी जी गल कहां इत्थे कि 10 कु शब्द ने तुसीं याद रखने आ, किहड़े किहड़े शब्द? वट्टियां जां कंकर, पानी, कां, बाग, उडारी, प्यास, कुछ कि इदां दे शब्द याद रह जाणगे। जे मैं तुहानूं एक स्टोरी सुना दिया, कहानी सुना दिया प्यासा कां दी, तां सारे याद रह जाणगे, रट्टे लाउण दी लोड़ नहीं है। वो वक्री गल है कि बचपन दे विच रट्टे लाउणे पैंदे सी, बचपन विच पता ही नहीं किन्नियां नूं कुट पवाई है प्यासा ही कां ने, पर इहदी प्यास ना बुझी। सो कहानी है जिहड़ी, जदों असीं कहानी दे रूप च चीज़ां नूं लै आउंदे आ तां उह सौखा हो जांदा, उह साडे मन ਦੇ ਵਿੱਚ ਵਸ ਜਾਂਦੀਆਂ ਨੇ, ਸਾਨੂੰ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ, ਸਾਨੂੰ ਆਪਣੇ ਆਪ ਯਾਦ ਰਹਿੰਦੀਆਂ ਨੇ। ਤੇ ਸਾਡੀ ਕੋਸ਼ਿਸ਼ ਲਿਟਰੇਚਰ ਦੇ ਵਿੱਚ ਇਹੀ ਰਹਿੰਦੀ ਹੈ ਕਿ ਇਹਨੂੰ ਤੁਸੀਂ ਇੰਜੋਏ ਕਰੋ। ਤਾਂ ਵਾਪਸ ਆਉਂਦੇ ਆ ਆਪਾਂ ਟੌਪਿਕ ਤੇ, ਮਹਾਕਾਵਿ। ਮਹਾ ਦਾ ਮਤਲਬ ਅਸੀਂ ਅਕਸਰ ਲੈ ਲੈਂਦੇ ਹਾਂ ਬਹੁਤ ਵੱਡਾ, ਪਰ ਇੱਥੇ ਮਹਾ ਦਾ ਅਰਥ ਹੈ ਜਿਹੜਾ ਬਹੁਤ ਵੱਡਾ ਨਹੀਂ ਹੈ, ਇੱਥੇ ਪ੍ਰਭਾਵਕਾਰੀ ਹੈ ਇਹਦਾ ਅਰਥ, ਕਿ ਉਹ ਕਵਿਤਾ ਜਿਹੜੀ ਪ੍ਰਭਾਵਕਾਰੀ ਹੋਵੇ, ਜਿਹਦਾ ਇੱਕ ਵੱਖਰਾ ਪ੍ਰਭਾਵ ਪਵੇ। ਹੁਣ ਪ੍ਰਭਾਵ ਕਿਹੜੀ ਕਵਿਤਾ ਦਾ ਪੈ ਸਕਦਾ, ਤੁਸੀਂ ਆਪਣੇ ਆਪ ਦਾ ਜਵਾਬ ਦਿਓਗੇ। ਮਹਾਂਕਾਵਿ ਜਿਹੜਾ ਵਿਸ਼ਾ ਨਾ, ਜਦੋਂ ਅਸੀਂ ਕਵਿਤਾ 'ਤੇ ਵੀ ਗੱਲ ਕਰ ਲੈਂਦੇ ਹਾਂ, ਜਦੋਂ ਅਸੀਂ ਨਾਵਲ ਦੀ ਗੱਲ ਕਰ ਲੈਂਦੇ ਹਾਂ, ਅਸੀਂ ਨਾਟਕ ਕਹਾਣੀ ਦੀ ਗੱਲ ਕਰ ਲੈਂਦੇ ਹਾਂ, ਸਾਨੂੰ ਫਿਰ ਵੀ ਸ਼ਬਦ ਨੇ ਜਿਹੜੇ ਜਾਣੇ ਪਹਿਚਾਣੇ ਲੱਗਦੇ ਆ। ਪਰ ਮਹਾਂਕਾਵਿ ਇੱਕ ਐਸਾ ਸ਼ਬਦ ਹੈ ਜਿਹੜਾ ਸਾਨੂੰ ਉਪਰਾ ਜਿਹਾ ਲੱਗਦਾ, ਨਵਾਂ ਲੱਗਦਾ, ਜਿਵੇਂ ਅਸੀਂ ਗੱਲ ਪ੍ਰਗੀਤ ਦੀ ਕਰਦੇ ਹਾਂ ਤਾਂ ਸਾਨੂੰ ਥੋੜ੍ਹਾ ਨਵਾਂ ਜਿਹਾ ਸ਼ਬਦ ਲੱਗਦਾ ਪ੍ਰਗੀਤ ਵੀ। ਪਰ ਅਸੀਂ ਇਹ ਜ਼ਰੂਰ ਸੁਣਿਆ ਹੁੰਦਾ ਹੈ ਕਿ ਜਿਵੇਂ ਮਹਾਂਭਾਰਤ ਹੈ, ਮਹਾਂਕਾਵਿ ਹੈ, ਰਮਾਇਣ ਮਹਾਂਕਾਵਿ ਹੈ, ਇੱਦਾਂ ਸਾਡੇ ਕੋਲ ਹੋਰ ਵੀ ਮਹਾਂਕਾਵਿ ਮਿਲ ਜਾਂਦੇ ਆ। ਹੁਣ ਗੱਲ ਸਾਡੀ ਇੱਥੇ ਆਉਂਦੀ ਹੈ ਕਿ ਕਿਹੜਾ ਕਾਵਿ ਮਹਾਨ ਹੋਏਗਾ, ਕਿਹੜੇ ਕਵਿਤਾ ਦਾ ਪ੍ਰਭਾਵ ਜ਼ਿਆਦਾ ਪਏਗਾ, ਕਿ ਉਸ ਕਵਿਤਾ ਦਾ ਪ੍ਰਭਾਵ ਜ਼ਿਆਦਾ ਪਏਗਾ ਜਿਹੜੀ ਯਥਾਰਥ ਤੋਂ ਦੂਰ ਬੈਠੀ ਹੋਈ ਹੈ, ਜਿਹੜੀ ਇੱਕ ਨਕਲੀ ਤਰ੍ਹਾਂ ਦੀ ਜ਼ਿੰਦਗੀ ਦੀ ਗੱਲ ਕਰਦੀ ਹੈ, ਜਾਂ ਜਿਹੜੀ ਉਸ ਜ਼ਿੰਦਗੀ ਦੀ ਗੱਲ ਕਰਦੀ ਹੈ ਜਿਹੜੀ ਸਾਨੂੰ ਬੜੀ ਆਪਣੀ ਆਪਣੀ ਲੱਗਦੀ ਹੈ, ਬੜੀ ਯਥਾਰਥਕ ਲੱਗਦੀ ਹੈ, ਵਾਸਤਵਿਕਤਾ ਦੇ ਅਸਲੀਅਤ ਦੇ ਨੇੜੇ ਲੱਗਦੀ ਹੈ, ਕਿਹੜੀ ਕਵਿਤਾ ਦਾ ਪ੍ਰਭਾਵ ਜ਼ਿਆਦਾ ਪਏਗਾ? ਸਪਸ਼ਟ ਹੈ ਕਿ ਜਿਹੜੀ ਯਥਾਰਥ ਦੇ, ਜਿਹੜੀ ਵਾਸਤਵਿਕਤਾ ਦੇ, ਜਿਹੜੀ ਅਸਲੀਅਤ ਦੇ, ਜਿਹੜੀ ਰਿਐਲਿਟੀ ਦੇ, ਜਿਹੜੀ ਸਾਡੀ ਰੋਜ਼ਮਰ੍ਹਾ ਦੇ ਜੀਵਨ ਦੇ ਨੇੜੇ ਹੁੰਦੀ ਹੈ। ਇੱਕ ਕਾਰਨ ਹੈ, ਇੱਕ ਥੋੜ੍ਹਾ ਜਿਹਾ ਆਪਾਂ ਇਹ ਤੋਂ ਵੱਖਰੇ ਹੋ ਕੇ ਸਮਝਦੇ ਹਾਂ ਕਿ ਕਈ ਸਾਰੀਆਂ ਇੱਦਾਂ ਦੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਕਿ ਟਿਕਟ ਖਿੜਕੀ 'ਤੇ ਤਾਂ ਬੜੀਆਂ ਕਾਮਯਾਬ ਹੋ ਜਾਂਦੀਆਂ, ਪਰ ਜਦੋਂ ਕਦੇ ਇਨਾਮਾਂ ਦੀ ਗੱਲ ਆਉਂਦੀ ਹੈ, ਨੈਸ਼ਨਲ ਲੈਵਲ ਦੇ ਜਿਹੜੇ ਅਵਾਰਡਸ ਹੁੰਦੇ ਆ, ਉਹਦੇ ਵਿੱਚ ਕਦੇ ਵੀ ਨਹੀਂ ਹੁੰਦੀਆਂ। ਅਤੇ ਦੂਸਰੀ ਤਰ੍ਹਾਂ ਵੀ ਹੁੰਦਾ, ਬੜੀਆਂ ਸਾਰੀਆਂ ਇੱਦਾਂ ਦੀਆਂ ਫਿਲਮਾਂ ਹੁੰਦੀਆਂ ਜਿਹੜੀਆਂ ਕਿ ਅਵਾਰਡ ਵਿਨਿੰਗ ਹੁੰਦੀਆਂ, ਪਰ ਟਿਕਟ ਵਿੰਡੋ 'ਤੇ ਉਹ ਅਸਫਲ ਹੁੰਦੀਆਂ ਨੇ। ਆਪਾਂ ਉਦਾਹਰਣ ਲੈ ਲੈਂਦੇ, ਇੱਕ ਪੰਜਾਬੀ ਦੇ ਵਿੱਚ ਹੀ ਇੱਕ ਮੂਵੀ ਬਣੀ ਸੀ, ਅੰਨੇ ਘੋੜੇ ਦਾ ਦਾਨ। ਗੁਰਦਿਆਲ ਸਿੰਘ ਸਾਡੇ ਪੰਜਾਬੀ ਸਾਹਿਤ ਵਿੱਚ ਨਾਵਲਕਾਰ ਨੇ, ਔਰ ਇੱਕੋ ਇੱਕ ਨਾਵਲਕਾਰ ਨੇ ਜਿਨ੍ਹਾਂ ਨੂੰ ਗਿਆਨਪੀਠ ਮਿਲਿਆ। ਪੰਜਾਬੀ ਦੇ ਵਿੱਚ ਦੋ ਸਾਹਿਤਕਾਰ ਨੇ, ਅੰਮ੍ਰਿਤਾ ਪ੍ਰੀਤਮ ਔਰ ਗੁਰਦਿਆਲ ਸਿੰਘ, ਜਿਨ੍ਹਾਂ ਨੂੰ ਗਿਆਨਪੀਠ ਅਵਾਰਡ ਮਿਲਿਆ। ਅਤੇ ਗਿਆਨਪੀਠ ਅਵਾਰਡ ਦੀ ਕੀ ਮਹਾਨਤਾ ਉਹ ਤੁਹਾਨੂੰ ਸਭ ਨੂੰ ਪਤਾ, ਬੀਂਗ ਏ UPSC ਐਸਪੀਰੈਂਟ। ਹੁਣ ਉਹਨਾਂ ਦੀ ਜਿਹੜੀ ਇੱਕ ਨਾਵਲ ਅਤੇ ਮੂਵੀ ਬਣਾਈ ਸੀ 2012-13 ਦੇ ਵਿੱਚ, ਅੰਨੇ ਘੋੜੇ ਦਾ ਦਾਨ 'ਤੇ, ਬਹੁਤ ਸਾਰੇ ਉਹਨਾਂ ਨੂੰ ਰਾਸ਼ਟਰੀ ਪੱਧਰ ਦੇ ਅਵਾਰਡ ਮਿਲਿਆ ਉਸ ਮੂਵੀ ਨੂੰ, ਪਰ ਸਿਨੇਮਾ ਦੇ ਵਿੱਚ ਉਹ ਮੂਵੀ ਚੱਲ ਹੀ ਨਹੀਂ ਸਕੀ। ਕਾਰਨ ਕੀ ਹੈ ਉਹਦਾ? ਕਿ ਉਹ ਫਿਲਮ ਹੈਗੀ ਹੈ ਕਿ ਸਾਡੇ ਉਹਨਾਂ ਲੋਕਾਂ 'ਤੇ ਜਿਹੜੇ ਵਿਚਾਰੇ ਸਵੇਰੇ ਉੱਠਦੇ ਆ, ਦਿਹਾੜੀ ਕਰਦੇ ਆ, ਸ਼ਾਮ ਨੂੰ ਲਿਆ ਕੇ ਉਹੀ ਕਮਾਈ ਹੋਈ ਰੋਟੀ ਖਾ ਲੈਂਦੇ, ਅਤੇ ਸਵੇਰੇ ਉੱਠਦੇ ਆ, ਫਿਰ ਦਿਹਾੜੀ ਕਰਨ ਜਾਂਦੇ ਆ, ਫਿਰ ਸ਼ਾਮ ਨੂੰ ਆ ਕੇ ਖਾ ਲੈਂਦੇ ਆ। ਉਹਨਾਂ ਦੀ ਜ਼ਿੰਦਗੀ ਉੱਥੋਂ ਤੱਕ ਸੀਮਿਤ ਹੈ, ਉਹਨਾਂ ਦੇ ਅੰਦਰ ਜਿਉਂਦੇ ਹੋਣ ਦਾ ਅਹਿਸਾਸ ਵੀ ਨਹੀਂ ਪੈਦਾ ਹੁੰਦਾ। ਉਹ ਜ਼ਿੰਦਗੀ ਦੇ ਨਾਲ ਸਹਿਣ ਵਾਲੀ ਸ਼ਕਤੀ ਦੇ ਨਾਲ ਤੁਰੇ ਜਾਂਦੇ ਆ ਬਸ।
जिंदगी दे टक्कर लेना, जिंदगी दे लड़ना, उहदे विच नायक बन के उभरना उहनां दी जिंदगी चों नहीं आउंदा। उह सिर्फ जिंदगी नूं हंडाउंदे है। हुण क्योंकि बीइंग ए मिडल क्लास सानू उस जिंदगी दा कोई तजर्बा नहीं हुंदा। असीं थिएटर दे विच उहनां फिल्मां नूं वेखणा पसंद करदे हां जिहड़ियां साडी जिंदगी दी गल करदियां। क्यों? क्योंकि साडे लई उही वास्तविकता है। इस करके असीं उदां दीआं फिल्मां नूं वेखणा पसंद करदे हां जिहड़ी कि मध्य वर्गी जीवन की गल करदियां। ते मध्य वर्गी जीवन बड़े रोमांस दे विच जिउंदा है। मध्य वर्गी जीवन किसे जादू, किसे तलिस्म दे, किसे चमत्कार होण दी उम्मीद दे विच जिउंदा है। वह हीरो होण दी आस दे विच जिउंदा है। वह सनी देओल बनण दी आस दे जिउंदा है। इस करके सानू जिहड़ियां चीज़ां ने पसंद तां आउंदियां पर वास्तविकता दे नेड़े नहीं हुंदियां। पर दूजे पासे वह वास्तविकता के नेड़े सी फिल्म जिहड़ी सी अन्ने कूड़े दा दान। तां भाव की है कि जिहड़ी कहानी कोई साडी वास्तविकता के नेड़े होएगी सानू वह पसंद हुंदी है। तो महाकाव्य दे विच इही है कि यह जिहड़ी एक वास्तविक जीवन की गल करदी हुई कविता हुंदी है। तो फिर सानू जिवें हुणे असीं गल कीती किहड़ी किद्दां दी कविता पसंद होएगी जिहदे विच कोई सूरम गति दे नाल लड़िया होवे, जिहदे विच कोई दलेरी नाल लड़िया होवे, तां इहदे विच उही गल हुंदी है। हुण दूसरा पक्ष की है कि जिवें असीं गल करदे आ थोड़ा जिहा हट के हीर वारिस दी। हीर वारिस दे विच वारिस शाह ने कल्ले हीर ते रांझे दे प्रेम नूं नहीं दर्शाया, उहनूं एक वातावरण दे विच रख्या होया। किहड़ा वातावरण? उस वेले दा समाजिक वातावरण जिथे उहने उस वेले दी राजनीति, उस वेले दा धर्म, उस वेले दी आर्थिकता, उस वेले दी समाजिकता, उस वेले दा जात पात भेख पखंड उहनूं सब नूं लिया के पेश कीता होया। इसे करके ही वारिस दी हीर है जिहड़ी उह ज़्यादा प्रसिद्ध हो गई है। हीर रांझा की बजाय अच्छ प्रसिद्ध की हो गया हीर वारिस रांझा, बेचारा मझां चारदा ही रह गया। सॉरी पॉइंट की आ जाता कि कोई रचना तो महान बनती है जो वह अपने आले दुआले के वातावरण रख के शिंगारी जाती है। यही विशेषता जी महाकाव्य दे विच हैगी है। तो इहदा मतलब की हो गया कि महाकाव्य दे विच जो असीं किसी योधे की जां किसी चाहे धर्म का योधा ही होवे, चाहे कोई धर भगती के राह पर चलिया होवे, जो असीं उहदी गल करदे हां तां उहनूं अपने वातावरण दे विचों आइसोलेट करके नहीं दर्शाउंदे, बाकी का सारा आला दुआला भी उहदे विच दर्शाउंदे हां। ये अपने आप च उस महाकाव्य की खूबसूरती बन के आउंदा है। क्योंकि जिवें साडी जिंदगी भी लुप्त हुंदी है साडे आले दुआले दे नाल, उसे तरीके नाल असीं इहनूं पेश करदे हां, तां ही इह महान काव्य बनदा है। हुण अगला पॉइंट इहदे विचों इह निकल जांदा कि जदों असीं उहदा वातावरण भी दिखाउणा तां फिर इहदा मतलब इह काव्य अपने आप ही लंबा भी हो जांदा। जिवें हीर वारिस तां बहुत लंबी है, उसे तरीके नाल इदां दा काव्य है उह भी इक लंबाई लै लैंदा। ਤਾਂ ਇਹਦੇ 'ਚ ਸਾਡੇ ਕੁਛ ਅਸੂਲ ਵੀ ਨੇ ਕਿ ਘੱਟੋ ਘੱਟ 8 ਚੈਪਟਰਸ, 8 ਅਧਿਆਏ ਇਹਦੇ ਵਿੱਚ ਹੋਣੇ ਚਾਹੀਦੇ। ਸੋ ਇਸ ਤਰੀਕੇ ਦੇ ਨਾਲ ਬੜੀਆਂ ਸਾਰੀਆਂ ਖੂਬੀਆਂ ਨੇ ਜਿਨ੍ਹਾਂ ਨੂੰ ਅਸੀਂ ਇੱਕ ਫਲੋ ਚਾਰਟ ਦੇ ਰੂਪ ਦੇ ਵਿੱਚ ਵੀ ਦਰਸਾ ਸਕਦੇ ਹਾਂ। ਅਤੇ ਉੱਥੇ ਜਿਹੜੇ ਦੀਆਂ ਖੂਬੀਆਂ ਨੇ ਉਹਨਾਂ 'ਤੇ ਸਾਨੂੰ ਕੋਈ ਰੱਟੇ ਲਾਉਣ ਦੀ ਲੋੜ ਨਹੀਂ ਪੈਂਦੀ। ਇਹਦੇ ਨਾਮ ਦੇ ਵਿੱਚੋਂ ਹੀ ਸਭ ਕੁਛ ਡਰਾਈਵ ਹੁੰਦਾ, ਸਭ ਕੁਛ ਨਿਕਲ ਕੇ ਆਉਂਦਾ ਕਿ ਕਿਹੜੀਆਂ ਕਿਹੜੀਆਂ ਖੂਬੀਆਂ ਇੱਕ ਮਹਾਂਕਾਵ ਦੇ ਵਿੱਚ ਹੋ ਸਕਦੀਆਂ ਨੇ। ਸੋ ਸਾਡੇ ਸਿਲੇਬਸ ਦੇ ਵਿੱਚ ਕੁਛ ਇੱਕ ਮਹਾਂਕਾਵ ਕਵੀ ਵੀ ਹੈਗੇ ਨੇ, ਅਸੀਂ ਉਹਨਾਂ ਦੇ ਜਿਹੜੇ ਜਿਹੜੇ ਮਹਾਂਕਾਵ ਹੈਗੇ ਨੇ, ਭਾਈ ਵੀਰ ਸਿੰਘ ਨੇ, ਪ੍ਰੋਫੈਸਰ ਮੋਹਨ ਸਿੰਘ ਹੈਗੇ ਨੇ, ਔਰ ਆਜ਼ਾਦ ਜੀ ਨੇ, ਇਹਨਾਂ ਦੇ ਜਿਹੜੇ ਮਹਾਂਕਾਵਿ ਨੇ ਅਸੀਂ ਉਹਨਾਂ ਦੇ ਬਾਰੇ ਪੜ੍ਹਨਾ ਹੁੰਦਾ। ਸੋ ਇਹ ਆਪਣੇ ਆਪ 'ਚ ਬਹੁਤ ਦਿਲਚਸਪ ਵਿਸ਼ਾ ਹੈਗਾ। ਸੋ ਬਹੁਤ ਬਹੁਤ ਧੰਨਵਾਦ, ਆਲ ਦੀ ਵੈਰੀ ਬੈਸਟ।